ਪੰਜਾਬ ਮੇਲ ਯੂਐਸਸੀ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਹਮਲਕਾਰ ਸਿੰਘ ਤੇ ਪ੍ਰੋਗਰਾਮ ਪੇਸ਼ ਹੈ ਇੰਟਰਨੈਸ਼ਨਲ ਅਪਡੇਟਸ ਜਿਦੇ ਵਿੱਚ ਅਸੀਂ ਬਾਹਰੀ ਦੇਸ਼ਾਂ ਦੀਆਂ ਖਬਰਾਂ ਮਸਲੇ ਪਾਕ ਤੇ ਮਸਲੇ ਤੁਹਾਡੀ ਨਜ਼ਰ ਕਰਦੇ ਹਾਂ ਔਰ ਅੱਜ ਅਸੀਂ ਪਹਿਲਾ ਮਸਲਾ ਆਪਣੇ ਗੁਆਢੀ ਦੇਸ਼ ਤੋਂ ਹੀ ਸ਼ੁਰੂ ਕਰਾਂਗੇ ਜੋ ਹੈ ਕਿ ਪੂਰੇ ਪਾਕਿਸਤਾਨ ਵਿੱਚ ਬਗਾਵਤ ਦੀ ਅੱਗ ਪੜਕੀ ਥਾਂ ਥਾਂ ਪ੍ਰਦਰਸ਼ਨੀਆਂ ਤੇ ਨਾਅਰੇਬਾਜ਼ੀ ਸ਼ੁਰੂ ਹੋਈ ਪੂਰੇ ਪਾਕਿਸਤਾਨ ਵਿੱਚ ਔਰ ਜਿਹਦੇ ਵਿੱਚ ਸਾਰੇ ਦਰਸ਼ਕਾਂ ਨੂੰ ਪਤਾ ਹੋਵੇਗਾ ਕਿ ਬਲੋਚਿਸਤਾਨ ਵਿੱਚ ਵੀ ਜਦੋਂ ਕੁ ਇਹਨਾਂ ਦੇ ਕੁ ਸੈਲਾਨੀ ਇਹਨਾਂ ਦੇ ਗਏ ਸੀਗੇ ਟੂਰਿਸਟ ਗਏ ਸੀਗੇ ਬਲੋਚਿਸਤਾਨ ਦੇ ਵਿੱਚ ਉਹਨਾਂ ਨੂੰ ਬਹੁਤਿਆਂ ਨੂੰ ਇਹਨਾਂ ਨੇ ਉਹਨਾਂ ਦੀ ਆਈਡੀ ਵੇਖ ਕੇ ਉਹਨਾਂ ਦੀ ਪਛਾਣ ਕਰਕੇ ਮਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਸ਼ੂਬਿਆਂ ਨੂੰ ਉਹਨਾਂ ਵਿੱਚ ਵੀ ਹਲਚਲ ਪਈ ਔਰ ਉਹਦੇ ਵਿੱਚ ਵੀ ਰੌਲਾ ਪਿਆ ਔਰ ਬਗਾਵਤ ਹੋਈ ਉਹ ਇਸ ਕਰਕੇ ਹੋ ਰਹੀ ਹੈ ਕਿ ਉੱਥੇ ਖਾਸ ਕਰਕੇ ਫੌਜੀ ਰਾਜ ਹੈ ਉਹ ਚਾਹੇ ਉਥੇ ਨਵਾਜ ਸ਼ਰੀਫ ਦੀ ਸਰਕਾਰ ਆ ਉਹਦੇ ਵਿੱਚ ਉਹਦੇ ਪ੍ਰਧਾਨ ਮੰਤਰੀ ਨੇ ਔਰ ਨਵਾਜ ਸ਼ਰੀਫ ਜੀ ਪੰਜਾਬ ਨੂੰ ਹੀ ਬਿਲੋਂਗ ਕਰਦੇ ਆ ਇਹਨਾਂ ਦਾ ਜਾਤੀ ਉਮਰਾ ਪਿੰਡ ਹੈਗਾ ਜੰਡੇਆਲਾ ਗੁਰੂ ਦੇ ਨਾਲ ਔਰ ਉਸ ਤੋਂ ਬਾਅਦ ਇਹ ਜਦੋਂ ਹੀ ਜਿਹੜੀ ਸਰਕਾਰਾਂ ਬਣਦੀਆਂ ਨੇ ਇਹਦੇ ਪਿੱਛੇ ਜਿਹੜੇ ਹੈਗੇ ਆ ਉਹ ਆਰਮੀ ਹੁੰਦੀ ਆ ਜਜ ਜਦੋਂ ਜਨਰਲ ਜਿਹੜੇ ਹੁੰਦੇ ਆ ਉਹ ਹੀ ਬਾਗਡੋਰ ਸੰਭਾਲਦੇ ਆ ਔਰ ਤੀਜੀ ਗੱਲ ਜਿਹੜੀ ਹੈਗੀ ਉਹਦੇ ਪਿੱਛੇ ਅਮਰੀਕਾ ਵੀ ਹੁੰਦਾ ਅਮਰੀਕਾ ਦਾ ਉਹ ਤੋਂ ਸਾਜਸਮਾਨ ਆਉਂਦਾ ਹਥਿਆਰ ਆਉਂਦੇ ਆ ਬਜਟ ਸਾਰਾ ਅਮਰੀਕਾ ਦਾ ਹੁੰਦਾ ਅਫਗਾਨਿਸਤਾਨ ਦੇ ਨਾਲ ਲੱਗਦੇ ਆ ਹਥਿਆਰ ਆਉਂਦੇ ਆ ਔਰ ਜਿੰਨੇ ਵੀ ਮੁਸਲਮ ਕੰਟਰੀ ਨੇ ਇਹ ਲੜਾਕੂ ਜਿਆਦਾ ਗਿਣੇ ਜਾਂਦੇ ਆ ਔਰ ਇਹਨਾਂ ਵਿੱਚ ਆਰਮੀ ਦਾ ਹੀ ਜਿਹੜਾ ਸਾਰਾ ਕੁਝ ਹੁੰਦਾ ਔਰ ਉਹ ਜਿਸ ਤਰ੍ਹਾਂ ਬੇਨਜ਼ੀਰ ਪੁੱਟੋ ਨੂੰ ਤਾਂ ਮਾਰ ਦਿੱਤਾ ਗਿਆ ਸੀਗਾ ਔਰ ਉਸ ਤੋਂ ਪਹਿਲਾਂ ਪੁੱਟੋ ਜੀ ਔਰ ਉਹਦੇ ਵਿੱਚੋਂ ਬਾਕੀ ਜਿਹੜੇ ਸੀ ਜਨਰਲ ਜਾਂ ਜਿਹੜੇ ਆਏ ਸੀਗੇ ਉਹਨਾਂ ਨੂੰ ਉਹਨਾਂ ਨੇ ਰਾਜ ਤਰੀਕੇ ਨਾਲ ਨਹੀਂ ਕਰਨ ਦਿੱਤਾ ਖਾਸ ਤੌਰ ਤੇ ਰਾਤੋਂ ਰਾਤ ਹੀ ਤਖਤਾ ਪਟ ਦਿੰਦੇ ਆ ਔਰ ਹੁਣ ਵੀ ਉੱਥੇ ਇੰਨੀ ਬਗਾਵਤ ਹੈ ਨਹੀਂ ਦੌੜ ਭੱਜ ਹੈ ਇੱਕ ਮਹਿੰਗਾਈ ਵੀ ਹੈਗੀ ਹੈ ਇੱਕ ਕੰਮਕਾਰ ਵੀ ਹੈ ਨਹੀਂ ਇੱਕ ਇੰਡਸਟਰੀ ਹੈ ਨਹੀਂ ਔਰ ਸਾਰਾ ਕੁਝ ਤੇ ਬਾਹਰੋਂ ਆਉਂਦਾ ਸਮਾਨ ਉਹਨਾਂ ਦਾ ਇੱਕ ਵੀ ਕੋਈ ਗੱਡੀ ਨਹੀਂ ਬਣਦੀ ਉਹ ਬਹੁਤ ਸਿਆਣੇ ਲੋਕ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਤੇ ਸੂਈ ਨਹੀਂ ਬਣਦੀ ਇਹ ਚੀਜ਼ਾਂ ਹੈਗੀਆਂ ਹਾਲਾਂਕਿ ਰਾਗ ਦੇ ਵਿੱਚ ਮਿਊਜ਼ਿਕ ਦੇ ਵਿੱਚ ਗਾਉਣ ਦੇ ਵਿੱਚ ਗਜ਼ਲ ਦੇ ਗਾਇਕ ਇਹਦੇ ਵਿੱਚ ਬਹੁਤ ਅੱਛੇ ਆਰਟਿਸਟ ਨੇ ਬਹੁਤ ਵਧੀਆ ਆਵਾਜ਼ ਹਨ ਦੀ ਬਹੁਤ ਵਧੀਆ ਐਂਟਰਟੇਨਮੈਂਟ ਮਨੋਰੰਜਨ ਦਿੰਦੇ ਨੇ ਔਰ ਲਾਣਵ ਵਿੱਚ ਵੀ ਬਹੁਤ ਸ਼ੇਰ ਨੇ ਔਰ ਉਹਦੇ ਵਿੱਚ ਬਲੋਚਿਸਤਾਨ ਸਿੰਧ ਦਾ ਸੁਪਾ ਜਿਹੜਾ ਸਾਰਾ ਹੀ ਦੇ ਵਿੱਚ ਰੋਲੇ ਦੇ ਵਿੱਚ ਸ਼ਾਮਲ ਹੋ ਜਾਂਦਾ ਔਰ ਉਹਦੇ ਵਿੱਚ ਨਾਲ ਲੱਗਦਾ ਅਫਗਾਨਿਸਤਾਨ ਤੋਂ ਵੀ ਲੋਕ ਆ ਜਾਂਦੇ ਨੇ ਔਰ ਉੱਥੋਂ ਵੀ ਹਥਿਆਰ ਆ ਜਾਂਦੇ ਆ ਔਰ ਖਾਸ ਕਰਕੇ ਜੇ ਸਾਡੇ ਗਵਾਂਢੀ ਦੇਸ਼ ਵਿੱਚ ਜੋ ਕੁਝ ਹੁੰਦਾ ਹੈ ਦਾ ਸਰ ਸਾਡੇ ਪੰਜਾਬ ਤੇ ਵੀ ਹੁੰਦਾ ਕਿਉਂਕਿ ਸਾਰਾ ਪੰਜਾਬ ਨਾਲ ਜੜਦੇ ਤੋਂ ਜੁੜਦੇ ਦਵੇਂ ਸਰਗੋਦਾ ਦੇ ਨਾਲ ਮਿੰਟੂਗੁਮਰੀ ਦੇ ਨਾਲ ਹੌਰ ਦੇ ਨਾਲ ਵਾਗਾ ਬਾੜਰ ਤੱਕ ਇਹਦੀ ਜਿਹੜੀ ਮਾੜੀ ਹਵਾ ਆ ਜਾਂਦੀ ਹੈ ਤਾਂ ਕਿ ਉਹਦੇ ਵਿੱਚ ਅਸੀਂ ਸਾਡੇ ਮੁੰਡੇ ਵੀ ਇਨਵੋਲ ਹੋ ਜਾਂਦੇ ਆ ਉਧਰੋਂ ਵੀ ਹਥਿਆਰ ਆ ਜਾਂਦੇ ਆ 84 ਦੇ ਵਿੱਚ ਇਹ ਹੋਇਆ ਸੀ ਬਹੁਤ ਹਥਿਆਰ ਪਾਕਿਸਤਾਨ ਤੋਂ ਆ ਜਾਂਦੇ ਸੀ ਆ ਸਾਡੇ ਵੀ ਇਧਰ ਮੁੰਡੇ ਉਧਰ ਭੇਜਦੇ ਆ ਉਹ ਸਾਡੇ ਹੱਲ ਭੇਜਦੇ ਆ ਨਸ਼ੇ ਵੀ ਆਉਂਦੇ ਆ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਕਿਉਂਕਿ ਸਾਡੀ ਜ਼ਮੀਨ ਪੁਸ਼ੁੱਧ ਰਾ ਗੇਟ ਲੱਗੇ ਆ ਪਰਵਪਾਲ ਏਰੀਆ ਵਾ ਰੋੜਾਵਲੀਆ ਉਹਦੇ ਨਾਲ ਬਾਕੀ ਲੱਗਦੇ ਪਿੰਡ ਜਿਹੜੇ ਆ ਜ਼ਮੀਨ ਅੱਧੀ ਉਧਰ ਆ ਫਿਰ ਪਰਚੀ ਮਿਲਦੀ ਆ ਉਧਰ ਜਦੋਂ ਪਾਣੀ ਲਾਉਣਾ ਵਾਗਾ ਫਸਲ ਕੱਟਣੀ ਆ ਜੇ ਉਹਨਾਂ ਦੀ ਫੌਜ ਜਿਹੜੀ ਆ ਲਤਾ ਉਹਦਾ ਮੁਆਵਜ਼ਾ ਵੀ ਸਰਕਾਰ ਨੂੰ ਦੇਣਾ ਪੈਂਦਾ ਔਰ ਉਹਦੇ ਵਿੱਚ ਸਾਰਾ ਕੁਝ ਜਿਹੜੀ ਫਲੈਗ ਡਾਉਨ ਸੈਰੇਮਨੀ ਹੁੰਦੀਆਂ ਵਾਗਾ ਬਾਰਡਰ ਤੇ ਆਟਾਰੀ ਤੇ ਉਹਦੇ ਵਿੱਚ ਸਾਡੇ ਦਰਸ਼ਕ ਉਹ ਮਾ ਕੇ ਪਹੁੰਚਦੇ ਸ਼ਾਮ ਨੂੰ ਜਿਹੜੀ 4:30 4:30 ਵਜੇ ਹੁੰਦੀ ਹੈ ਉਹਦੇ ਵਿੱਚ بڑا ਦ੍ਰਿਸ਼ ਦੇਖਣ ਵਾਲਾ ਹੁੰਦਾ ਇਹਦੇ ਕਿਤੇ ਸਾਡੀ ਅੱਛੀ ਦੋਸਤੀ ਆ ਸਾਡੀ ਇੱਕ ਭਾਸ਼ਾ ਰਹਿਣ ਸਨ ਇੱਕ ਸਾਡੇ ਭਰਾ ਨੇ ਪਰ ਕਿਤੇ ਕਿਤੇ ਸਿਆਸਤ ਜਿਹੜੀ ਇਹਨਾਂ ਨੂੰ ਮਰਵਾਉਂਦੀ ਆ ਲੜਾਉਂਦੀ ਆ ਉਹਦਾ ਵੀ ਪਤਾ ਨਹੀਂ ਲੱਗਦਾ ਅੱਜ ਜੇ ਉੱਥੇ ਬਗਾਵਤ ਹੈਗੇ ਰੌਲਾ ਪਿਆ ਉਹਦਾ ਪ੍ਰਭਾਵ ਆਪਣੇ ਪੰਜਾਬ ਵਿੱਚ ਵੀ ਆ ਜਾਂਦਾ ਔਰ ਇਸੇ ਕਰਕੇ ਅਰਦਾਸ ਹੈ ਕਿ ਉੱਥੇ ਵੀ ਸ਼ਾਂਤੀ ਹੋਵੇ ਔਰ ਨਾਲ ਲੱਗਦਾ ਪੰਜਾਬ ਸਾਡੇ ਦੇਸ਼ ਵਿੱਚ ਵੀ ਸ਼ਾਂਤੀ ਹੋਵੇ ਤਾਂ ਕਿ ਸਾਰੇ ਲੋਕ ਸੁਖੀ ਵਸਣ ਸਾਰਿਆਂ ਦੇ ਚੰਗੇ ਸਨੇਹ ਹੋਣ ਤੇ ਕੋਈ ਮਾਰ ਤਾੜ ਸ਼ੁਰੂ ਬਾਜੀ ਦੰਬਾਰਮੈਂਟ ਨਾ ਹੋਵੇ ਅ ਦੂਸਰਾ ਵਿਸ਼ੇ ਦੇ ਵਾਲਾ ਸੀਰੋ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਦੀ ਯੂਕਰੇਨ ਕੂਟਨੀਤਕ ਯਾਤਰਾ ਅੰਤਰਰਾਸ਼ਟਰੀ ਤਾਰ ਤੇ ਸਹੀ ਸੀ ਜਾਂ ਨਹੀਂ ਸਹੀ ਸੀ ਉਹਦੇ ਵਿੱਚ ਇਹ ਕਿ ਪ੍ਰਧਾਨ ਮੰਤਰੀ ਜੀ ਗਏ ਜਲੰਸਕੀ ਜੀ ਨੂੰ ਮਲੇ ਉੱਥੇ ਹੋਰ ਉਹਨਾਂ ਨੇ ਜਾ ਕੇ ਕਿਆ ਕਿਸੀ ਜੰਗ ਬੰਦੀ ਲਈ ਇਹ ਰਿਕੁਐਸਟ ਕਰਾਂਗੇ ਰੂਸ ਨੂੰ ਹੀ ਔਰ ਉਹਦੇ ਵਿੱਚ ਯੂਕਰੇਨ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਹੈ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਨੇ ਕਿਹਾ ਕਿ ਜੁੱਧ ਦਾ ਵਿਰਾਮ ਜੁੱਧ ਨੂੰ ਰੋਕਣ ਲਈ ਅਸੀਂ ਖਾਸ ਤੌਰ ਤੇ ਇੱਥੇ ਆਏ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੰਤਰੀ ਮੰਡਲ ਨਾਲ ਵੀ ਮੀਟਿੰਗ ਕੀਤੀ ਸੀ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਲੰਬਾ ਜੁੱਧ ਹੁੰਦਾ ਜਾ ਰਿਹਾ ਹੈ ਇਹਦੇ ਵਿੱਚ ਵਿਨਾਸ਼ ਹੈ ਇਹਦੇ ਵਿੱਚ ਸਾਰਾ ਹੀ ਤਬਾਹੀ ਹੈ ਔਰ ਜੁੱਧ ਦਾ ਨਾਂ ਹੀ ਤਬਾਹੀ ਹੈ ਡਿਸਟ੍ਰਕਸ਼ਨ ਹੈ ਸਾਰੇ ਪਾਸੇ ਔਰ ਉਹਦੇ ਵਿੱਚ ਫਿਰ ਜੇ ਅਮਰੀਕਾ ਉਹਨਾਂ ਨੂੰ ਫਿਰ ਉਹ ਹੀ ਗੱਲ ਆ ਜਾਂਦੀ ਹੈ ਕਿ ਅਮਰੀਕਾ ਹੀ ਇਥੇ ਆ ਰਿਹਾ ਹੈ ਅਮਰੀਕਾ ਉਹ ਲੋ ਸਾਰਾ ਕੁਝ ਆਉਂਦਾ ਔਰ ਪੈਸਾ ਤੇਲਾ ਸਾਰਾ ਕੁਝ ਦਰੋਂ ਆਉਂਦਾ ਵਾ ਉਸ ਕਰਕੇ ਲੜਾਈ ਦਿਨੋਂ ਦਿਨ ਅੱਗੇ ਵੱਧਦੀ ਜਾ ਰਹੀ ਹੈ ਔਰ ਦਿਨੋਂ ਦਿਨ ਉਸੇ ਤਰ੍ਹਾਂ ਦੇ ਜਿਹੜੇ ਹਮਲੇ ਹੁੰਦੇ ਆ ਇਸਨਾਂ ਹਮਲਿਆਂ ਵਿੱਚ ਬੱਚੇ, ਬੁੜੇ ਔਰ ਉਹਦੇ ਵਿੱਚ ਬਜ਼ੁਰਗ ਕਈ ਮਾਰੇ ਗਏ ਔਰ ਉਹਦੇ ਵਿੱਚ ਕਈ ਲੋਕ ਜਿਹੜੇ ਆ ਹੁਣ ਉਹਦੇ ਵਿੱਚ ਯੂਕਰੇਨ ਨੇ ਤੇ ਜਿਹੜੀ ਉਧਰ ਅੰਦਰ ਕੁਸ ਬੈਟ ਵੀ ਕੀਤੀ ਆ ਅੰਦਰ ਤੱਕ ਗਏ ਰਚਿਆਦੇ ਉਹਦੇ ਵਿੱਚ ਲੜਾਈ ਜਿਹੜੀ ਹੈਗੀ ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਔਰ ਇਹਦੇ ਵਿੱਚ ਬੇਖੌਫ ਇਹ ਪ੍ਰਧਾਨ ਮੰਤਰੀ ਕਹੇ ਉਹਨਾਂ ਨੇ ਕਿਹਾ ਕਿ ਮੈਂ ਨੂੰ ਕੋਈ ਡਰ ਨਹੀਂ ਹੈਗਾ ਔਰ ਜਿੱਥੇ ਇੱਥੇ ਇਹਨਾਂ ਨੇ ਸਕੂਲ ਦੇ ਵਿੱਚ ਬੰਬ ਸੁੱਟਿਆ ਸੀ ਉਹਦੇ ਵਿੱਚ ਬੱਚੇ ਵੀ ਮਾਰੇ ਗਏ ਸੀ ਉਹਦੇ ਵੀ ਇਹਨਾਂ ਨੇ ਅਲੋਚਨਾ ਕੀਤੀ ਹੈ ਭਾਸ਼ਣ ਦਿੱਤਾ ਉਹਦੇ ਵਿੱਚ ਜਿਹੜੇ ਲੋਕ ਵਸਦੇ ਸੀਗੇ ਉਹਨਾਂ ਨੇ ਬਹੁਤ ਇਹਨਾਂ ਨੂੰ ਸਵਾਗਤ ਕੀਤਾ ਔਰ ਬਹੁਤ ਵਧੀਆ ਗੱਲ ਆ ਆ ਔਰ ਪਹਿਲੀ ਵਾਰ ਉੱਥੇ ਗਏ ਆ ਔਰ ਅੱਛਾ ਸਨੇਹਾ ਲੈ ਕੇ ਗਏ ਅੱਛਾ ਸਨੇਹਾ ਲੈ ਕੇ ਆਏ ਆ ਔਰ ਬਹੁਤ ਸ਼ਾਂਤੀ ਦੀ ਗੱਲ ਕੀਤੀ ਆ ਪਰ ਉਹ ਦੂਜਾ ਗੱਲ ਵੀ ਉਹਨਾਂ ਨੇ ਕਹੀ ਹੈ ਕਿ ਯੂਐਨਓ ਜਿਹੜੀ ਹੈਗੀ ਆ ਸੰਯੁਕਤ ਰਾਸ਼ਟਰ ਸੰਘ ਉਹਨੂੰ ਵੀ ਇਹਦੇ ਵਿੱਚ ਅਹਿਮ ਰੋਲ ਅਦਾ ਕਰਨਾ ਚਾਹੀਦਾ ਤਾਂ ਕਿ ਉਹ ਉਹਨਾਂ ਨੂੰ ਸ਼ਾਂਤੀ ਬਹਾਲ ਕਰਨੀ ਚਾਹੀਦੀ ਆ ਆਪਣਾ ਵਾਈਟ ਫਲੈਗ ਲਾ ਕੇ ਉੱਤੇ ਲੜਾਈ ਸੀਜ਼ ਫਾਇਰਬਿੰਗ ਕਹਿੰਦੇ ਉਹ ਕਰ ਦੇਣਾ ਚਾਹੀਦਾ ਤਾਂ ਕਿ ਲੜਾਈ ਬੰਦ ਹੋ ਜੇ ਬੰਬਾਰਡਮੈਂਟ ਬਹੁਤ ਹੁੰਦੀ ਆ ਉਹਦੇ ਵਿੱਚ ਮਸਾਈਲਾ ਬਹੁਤ ਚੱਲਦੀ ਆ ਮਸਾਈਲਾ ਜਦਿਆਂ ਉੱਥੋਂ ਚਲਾਉਂਦੇ ਨੇ ਉਹਦੇ ਨਾਲ ਰਡਾਰ ਆ ਉਹਦੇ ਨਾਲ ਤਾਂ ਲੋਕ ਇਕਦਾਂ ਕਿਨੇ ਕਿਨੇ ਮਾਰੇ ਜਾਂਦੇ ਆ ਬਹੁਤ ਵਿਨਾਸ਼ ਹੁੰਦਾ ਔਰ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਆ ਮੋਦੀ ਜੀ ਨੇ ਗੱਲ ਕੀਤੀ ਆ ਹੁਣ ਦੇਖੋ ਕਿੱਥੋਂ ਤੱਕ ਉਹ ਗੱਲ ਮੰਨਦੇ ਆ ਔਰ ਬੜੀ ਜੱਫੀ ਪਾ ਕੇ ਜਨਸਕੀ ਜੀ ਨੇ ਨਾ ਨੂੰ welcom ਕੀਤਾ اور ਉਹਨਾਂ ਨਾਲ ਬਹੁਤ ਮੀਟਿੰਗ ਕੀਤੀ ਆ ਔਰ ਵਧੀਆ ਭੋਜ ਦਿੱਤਾ ਖਾਣ ਪੀਣ ਵੀ ਉਹਨਾਂ ਨਾਲ ਔਰ ਇਹ ਵੀ ਬਹੁਤ ਵਧੀਆ ਸਗਾਤਾਂ ਲੈ ਕੇ ਗਏ ਸੀ ਉਹਨਾਂ ਦੀ ਬਹੁਤ ਵਧੀਆ ਇੰਡੀਆ ਦੀਆਂ ਜੜੀਆਂ ਵੀ ਪ੍ਰੋਮਿਨੈਂਟ ਚੀਜ਼ਾਂ ਨੇ ਉਹ ਗਿਫਟਾਂ ਲੈ ਕੇ ਉੱਥੇ ਗਏ ਸੀਗੇ ਔਰ ਦੂਜਾ ਇਹ ਹੈਗਾ ਕਿ 에어 ਕੈਨੇਡਾ ਦੇ ਪਾਇਲਟ ਵੱਲੋਂ ਹੜਤਾਲ ਦਾ ਐਲਾਨ 5400 ਪਾਇਲਟਾਂ ਦੀ ਹੜਤਾਲ ਨਾਲ 1000 ਉਡਾਨਾਂ ਠੱਪ ਹੋ ਸਕਦੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈਗਾ ਇਹ ਜਾ ਕੇ ਅੱਗੇ ਸਤੰਬਰ ਦੇ ਵਿੱਚ ਇਹਨਾਂ ਨੇ ਕਹਿਤਾ ਕਿ ਸਤੰਬਰ ਚ ਹੋਏਗਾ ਔਰ ਕੱਲ ਉਹਨਾਂ ਨੇ ਉੱਥੇ ਪ੍ਰਦਰਸ਼ਨ ਕੀਤਾ 에ਰਪੋਰਟ ਤੇ ਟ੍ਰਾਂਟੋ ਦੇ ਇਰਦ-ਗਿਰਦ ਔਰ ਇਦਾਂ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਜਿੰਨੇ ਵੀ ਯਾਤਰੀ ਜਿੰਨੇ ਵੀ ਇਰ ਟਿਕਟ ਬੁੱਕ ਕਰਾਉਂਦੇ ਨੇ ਉਹ ਥੋੜਾ ਜਿਹਾ ਵੇਖ ਕੇ ਧਿਆਨ ਨਾਲ ਕਰਨ ਤਾਂ ਕਿ ਉਹਨਾਂ ਦਾ ਪੈਸਾ ਬਰਬਾਦ ਨਾ ਹੋਏ ਕਿਉਂਕਿ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਹਦੇ ਵਿੱਚ ਉਹਨਾਂ ਦਾ ਕੈਟਰ ਆ ਜਿਹਦੇ ਵਿੱਚ ਉਹਨਾਂ ਦੀ ਤਨਖਾਹ ਆ ਜਿਹਦੇ ਵਿੱਚ ਉਹਨਾਂ ਦਾ ਡੀਏ ਆ ਜਿਹਦੇ ਵਿੱਚ ਆਉਣ ਜਾਣ ਦਾ ਉਹਨਾਂ ਦਾ ਸਫਰ ਪੱਤਾ ਆ ਇਹ ਸਾਰਾ ਕੁਝ ਉਹਨਾਂ ਨੇ ਮਿਲ ਮਿਲਾ ਕੇ ਕੁਝ ਮੰਗਿਆ ਹੁਣ ਜੇ ਸਰਕਾਰ ਟੂਡੋ ਸਰਕਾਰ ਉਹਨਾਂ ਦੀ ਗੱਲ ਮੰਨ ਜੰਦੀ ਫਿਰ ਤਾਂ ਉਹਨਾਂ ਨੇ ਵਾਪਸ ਲੈਣਗੇ ਆਪਣੀ ਸਟ੍ਰਾਈਕ ਨਹੀਂ ਤੇ ਇਹ ਹੜਤਾਲ ਇਸੇ ਤਰ੍ਹਾਂ ਕੰਟੀਨਿਊ ਰਹੀ ਗਈ ਉਹਦੇ ਨਾਲ ਲੋਕ ਆਉਣ ਜਾਣ ਦੇ ਜਿਹੜੇ ਨੇ ਉਹ ਜਿਹੜੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਈਆਂ ਨੇ ਵਿਆਹਾਂ ਤੇ ਆਉਣਾ ਕਈਆਂ ਨੇ ਆਪਣੇ ਮਾਂ ਪਿਓ ਬਿਮਾਰ ਨੇ ਉਹਨਾਂ ਦਾ ਪਤਾ ਲੈਣ ਆਉਣਾ ਕਈਆਂ ਨੇ ਨਵੇਂ ਜੰਮੇ ਬੱਚੇ ਦੀ ਖੁਸ਼ੀ ਮਨਾਉਣੀ ਆ ਕਈਆਂ ਨੇ ਦਿਵਾਲੀ ਤੇ ਆਉਣਾ ਔਰ ਇਸ ਤਰ੍ਹਾਂ ਦੇ ਤਿਉਹਾਰ ਮਨਾਉਣ ਵੀ ਆਉਂਦੇ ਆ ਇਹ ਸਾਰਾ ਕੁਝ ਪਾ ਲਾ ਕੇ ਫਿਰ ਹੀ ਕੁਝ ਪੈ ਜਾਂਦਾ ਔਰ ਮੇਰਾ ਖਿਆਲ ਹੈ ਕਿ ਸ਼ਾਇਦ ਇਹ ਸਰਕਾਰਾਂ ਛੇਤੀ ਹੀ ਨਪਟਾ ਦਿੰਦੀਆਂ ਸਾਡੀਆਂ ਸਰਕਾਰਾਂ ਵਾਂਗੂ ਨਹੀਂ ਕਿ ਕਿਸ ਨੂੰ ਇੰਨਾ ਲੰਬਾ ਕਰ ਦੇਣ ਜਿੱਤੇ ਕਿਸਾਨ ਵੀਰੇ ਜੇ ਵੀ ਰੁੜੀ ਜਾਂਦੇ ਅਜੇ ਤੱਕ ਉਹਨਾਂ ਦਾ ਕਿੰਨਾ ਜਿੰਨੇ ਵੀ ਮੰਗਾਵਾਂ ਲਟਕ ਰਹੀਆਂ ਨੇ ਜਿਹਦੇ ਵਿੱਚ ਐਮਐਸਪੀ ਆ ਹੋਰ ਵੀ ਆ ਉਹ ਬਹੁਤ ਗੰਨਜੋਗ ਨਹੀਂ ਅਸੀਂ ਨਹੀਂ ਇਹਦੇ ਤੇ ਗੱਲ ਕਰਾਂਗੇ ਗੱਲ ਤੇ ਹੈਗਾ ਕਿ ਅਸੀਂ ਕੰਮ ਨੂੰ ਲਟਕਾਉਨੇ ਆ ਕਿਉਂਕਿ ਸਾਡਾ ਲੋਕਤੰਤਰੀ ਇਦਾਂ ਦਾ ਅਸੀਂ ਗੱਲ ਨੂੰ ਇਸ ਤਰ੍ਹਾਂ ਦਾ ਕੂਮਣਕੇਰੀ ਚ ਪਾਉਨੇ ਆ ਇਸ਼ੂ ਨੂੰ ਕਿ ਉਹ ਲੱਭਦਾ ਹੀ ਨਹੀਂ ਔਰ ਉਹਦੇ ਵਿੱਚ ਉਹ ਇੱਕਦਮ ਕੋਈ ਫੈਸਲੇ ਨਹੀਂ ਦਿੰਦੇ ਲੇ ਇੰਡੀਆ ਜਿੱਥੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਆ ਜਿੱਥੇ ਲੋਕਤੰਤਰ ਆ ਜਿੱਥੇ ਸਰਕਾਰਾਂ ਬਣੀਆਂ ਨੇ ਕਿਉਂਕਿ ਉੱਥੇ ਵੋਟਾਂ ਆਉਣ ਵਾਲੀਆਂ ਵੋਟਾਂ ਆਉਣ ਤੋਂ ਪਹਿਲਾਂ ਸਾਰਿਆਂ ਮਹਿਕਮਿਆਂ ਨੇ ਆਪਣੇ ਹੜਤਾਲ ਸਟ੍ਰਾਈਕ ਕਰਨੀ ਆ ਮੰਗਾਂ ਪ੍ਰਵਾਨ ਕਰਵਾਉਣੀਆਂ ਤਾਂ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਸਕਣ ਤਾਂ ਬਾਕੀ ਸਾਰਾ ਕੁਝ ਉਸੇ ਤਰ੍ਹਾਂ ਹੋਈ ਹੁਣ ਆਪਸੀਂ ਜੀ ਐਂਟਰਟੇਨਮੈਂਟ ਦੀ ਗੱਲ ਕੀਤੀ ਤਾਂ ਸਪੇਨ 'ਚ ਚੱਲਦੇ ਆਪਾਂ ਸਪੇਨ ਵਿੱਚ ਹਰ ਸਾਲ ਟੋਮੇਟਨਾ ਟਮਾਟਰ ਮਾਰਨ ਤੇ ਟਮਾਟਰ ਇੱਕ ਦੂਜੇ ਤੇ ਮਰਨ ਦੇ ਰਾਚਕ ਫੈਸਟੀਵਲ 22000 ਤੋਂ ਵੱਧ ਲੋਕਾਂ ਨੇ ਖੇਡ ਕੇ ਆਨੰਦ ਲਿਆ ਉਹਦੇ ਵਿੱਚ ਟਮਾਟਰ ਮਾਰਦੇ ਇੱਕ ਦੂਜੇ ਤੇ ਔਰ ਹਰ ਸਾਲ ਹੁੰਦਾ ਔਰ ਦੇਖ ਰਹੋ ਉਹਦੇ ਵਿੱਚ ਕਿੰਨੇ ਲੋਕ ਆਏ ਬਾਰੇ ਦੇਸ਼ਾਂ ਵਿੱਚ ਵੀ ਆਏ ਉਹਦੇ ਵਿੱਚ ਟਮਾਟਰ ਮਾਰ ਲਈ 20000 ਤੋਂ ਵੱਧ ਲੋਕ ਜਿਹੜੇ ਕਿ ਗਰਾਊਂਡ ਵਿੱਚ ਆਉਂਦੇ ਫਿਰ ਟਮਾਟਰ ਮਾਰਦੇ ਆ ਖੇਡਦੇ ਆ ਔਰ ਕਈਆਂ ਨੇ ਸਿਰਾਂ 'ਚ ਵੀ ਮਾਰਦੇ ਆ ਸਿਰ ਤੇ ਮਾਰਦੇ ਆ ਫਿਰ ਉਹਨਾਂ ਨੂੰ ਮਸਲ ਕੇ ਉਹ ਟਮਾਟਰ ਸਿਰ ਤੇ ਮਾਲ ਮਰਦੇ ਆ ਉਹਦੇ ਸਰੀਰ ਤੇ ਮਾਲਦੇ ਆ ਔਰ ਬਹੁਤ ਕੋਸ਼ਣ ਦਫੇ ਜੱਪੀਆਂ ਪਾਉਂਦੇ ਆ ਪਿਆਰ ਕਰਦੇ ਆ ਨਾਉਂਦੇ ਆ ਹੱਸਦੇ ਖੇਡਦੇ ਆ ਖਾਂਦੇ ਪੀਂਦੇ ਆ ਇਸ ਤਰ੍ਹਾਂ ਦੇ ਤਿਉਹਾਰ ਜਿਹੜੇ ਆ ਇਹਨਾਂ ਵਿੱਚ ਮਿਲਾਪ ਆ ਇਹਨਾਂ ਵਿੱਚ ਪਿਆਰ ਆ ਇਹਨਾਂ ਵਿੱਚ ਮੁਹੱਬਤ ਆ ਇਹਨਾਂ ਵਿੱਚ ਸੇਕਾ ਇੱਕ ਦੂਸਰੇ ਨੂੰ ਮਿਲਦੀ ਤਾਂ ਹੈ ਸਾਰੇ ਇਹ ਤਿਉਹਾਰ ਜਿਹੜੇ ਹੈਗੇ ਆ ਸਪੇਨ ਵਿੱਚ ਹਰ ਸਾਲ ਹੀ ਮਨਾਇਆ ਜਾਂਦਾ ਔਰ ਇਸ ਤਰ੍ਹਾਂ ਦੇ ਸਾਰੇ ਤਿਉਹਾਰ ਆਪਣੇ ਇੰਡੀਆ ਵਿੱਚ ਵੀ ਬਹੁਤ ਇਹ ਹੋਲੀ ਵੀ ਦੇਖ ਲਓ ਹੋਲੀ ਵੀ ਇਸ ਤਰ੍ਹਾਂ ਦਾ ਤਿਉਹਾਰ ਹੀ ਆ ਆਪਾਂ ਰੰਗ ਸੁੱਟ ਕੇ ਹੀ ਇੱਕ ਦੂਜੇ ਨੂੰ ਮਿਲਦੇ ਆ ਮਠਿਆਈਆਂ ਦੇ ਡੱਬੇ ਦਿੰਦੇ ਆ ਕੱਪੜੇ ਦ ਇਸੇ ਤਾਂ ਦੇ ਤਿਹਾਰੇ ਰੱਖੜੀ ਦਾ ਤਿਉਹਾਰ ਹੋਣੇ ਹੋਣ ਗਿਆ ਕਿੰਨਾ ਰਾਚਕ ਔਰ ਕਿੰਨਾ ਸੁਖਾ ਮੰਗਨ ਵਾਲਾ ਤਿਉਹਾਰ ਹੈ ਸਾਡੇ ਦੇਸ਼ ਵਿੱਚ ਤਿਉਹਾਰਾਂ ਦਾ ਬਹੁਤ ਜ਼ਿਆਦਾ ਹੀ ਪ੍ਰਚਲਨ ਹੈ ਹਰ ਸਾਲ ਦੇ ਵਿੱਚ ਕਿਨੇ ਕਿਨੇ ਤਿਉਹਾਰ ਹੈ ਹਰ ਦਿਨ ਵਿੱਚ ਤਿਉਹਾਰ ਹੈ ਔਰ ਲੋਕ ਹੱਸਦੇ ਖੇੜ ਦੇ ਨੱਚਦੇ ਟੱਪ ਦੇ ਗਾਉਂਦੇ ਨੇ ਔਰ ਇਹ ਤਿਉਹਾਰ ਹੀ ਇੱਕ ਦੂਸਰੇ ਨੂੰ ਪਿਆਰ ਵੰਡਦੇ ਆ ਮੁਹੱਬਤ ਵੰਡਦੇ ਆ ਫਿਰ ਨਾਲ ਸੁਗਾਤਾਂ ਵੀ ਵੰਡਦੇ ਆ ਔਰ ਦੂਜੀ ਇੱਕ ਅਰੋਚਕ ਗੱਲ ਹੈ ਕਿ ਦੁਨੀਆ ਦੇ ਤਿੰਨ ਦੇਸ਼ ਐਸੇ ਹਨ ਜਿੱਥੇ ਸਾਡੇ ਪਿਆਰੇ ਦਰਸ਼ਕੋ ਤੁਸੀਂ ਜਾਣਦੇ ਹੋ ਕਿ ਜਿੱਥੇ ਰਾਤ ਹੀ ਨਹੀਂ ਪੈਂਦੀ ਔਰ ਜਿਹਦੇ ਵਿੱਚ ਪਹਿਲਾ ਨੰਬਰ ਨਾਰਵੇ ਆ ਨਾਰਵੇ ਵਿੱਚ 24 ਘੰਟੇ ਇਸ ਤਰ੍ਹਾਂ ਦਾ ਦਿਨ ਹੀ ਰਹਿੰਦਾ ਬਹੁਤ ਖੂਬਸੂਰਤ ਕੰਟਰੀ ਹੈ ਨਾਰਵੇ ਔਰ ਉਹਦੇ ਵਿੱਚ ਦਿਨ-ਦਿਨ ਲੋਕ ਕੰਮ ਕਰਦੇ ਰਹਿੰਦੇ ਆ ਔਰ ਉਹਦੇ ਵਿੱਚ ਉਹ ਆਪਣਾ ਸਮਾਂ ਕੱਢਦੇ ਆ ਰੈਸਟ ਕਰਨ ਦਾ ਖਾਣ-ਪੀਣ ਦਾ ਸੌਣ ਦਾ ਸਾਰਾ ਕੁਝ ਹੈ ਪਰ ਦਿਨ ਹੀ ਹੁੰਦਾ ਸੂਰਜ ਚਮਕਦਾ ਰਹਿੰਦਾ ਔਰ ਉਸੇ ਤਰ੍ਹਾਂ ਦੇ ਲੋਕ ਉਹ ਵੀ ਉਸੇ ਤਰ੍ਹਾਂ ਦੇ ਖੁਸ਼ਹਾਲ ਨੇ ਨਾਰਵੇ ਬਹੁਤ ਖੁਸ਼ਹਾਲਾ ਸਾਡੇ ਬਹੁਤ ਪਿਆਰੇ ਐਨਆਰਆਈ ਵੀਰ ਉੱਥੇ ਬੈਠੇ ਨੇ ਪੰਜਾਬ ਤੋਂ ਸਾਡੇ ਜਿਹੜੇ ਇਸ ਪ੍ਰੋਗਰਾਮ ਨੂੰ ਵੇਖਣਗੇ ਵੀ ਉਹਨਾਂ ਨੂੰ ਪਤਾ ਹੈਗਾ ਕਿ ਉਹ ਦੇਸ਼ ਕਿਸ ਤਰ੍ਹਾਂ ਦਾ ਹੈਗਾ ਕੁਝ ਉਹਨਾਂ ਦੇ ਸਾਡੇ ਟਰਾਂਸਪੋਰਟਰ ਨੇ ਬਹੁਤ ਲੋਕ ਹੁੰਦੇ ਕੁਝ ਅੰਡਸਟਰੀ ਹੈ ਕੁਝ ਲੋਕਾਂ ਦੇ ਸਕੂਲ ਨੇ ਕੁਝ ਲੋਕਾਂ ਦੇ ਕਾਲਜ ਨੇ ਕੁਝ ਬੱਚੇ ਪੜ੍ਹਦੇ ਨੇ ਬਹੁਤ ਹੀ ਵੱਡੀ ਖੁਸ਼ਹਾਲੀ ਵਾਲਾ ਪੰਜਾਬ ਦੇ ਲੋਕ ਨੇ ਸਾਡੇ ਦੇਸ਼ ਦੇ ਲੋਕ ਨੇ ਕੇਰਲਾ ਚੋਂ ਵੀ ਜਾਂ ਮਧਰਾਸ ਚੋਂ ਵੀ ਜਾਂ ਕਰਨਾਟਕਾ ਚੋਂ ਵੀ ਆਂ ਔਰ ਨਾਰਵੇ ਵੀ ਬਹੁਤ ਅੱਛਾ ਦੇਸ਼ ਹੈ ਔਰ ਦੂਸਰਾ ਉਹਨਾਂ ਦੇ ਨਾਲ ਫਿਨਲੈਂਡ ਨਾਲ ਦੇਸ਼ ਹੈ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਹੈ ਉੱਥੇ ਵੀ ਇਸ ਤਰ੍ਹਾਂ ਦੀ ਹੈ ਔਰ ਰੁੱਤਾ ਰੰਗ ਬਨਗੀਆਂ ਨੇ ਉੱਥੇ ਔਰ ਦਿਨ ਹੀ ਰਹਿੰਦਾ ਹੈ ਸਾਰੇ ਪਾਸੇ ਉਸੇ ਤਰ੍ਹਾਂ ਹੀ ਹੈ ਜਿੱਦਾਂ ਚਰਾ ਪੂੰਜੀ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੇ ਸ਼ੇਮੀ ਪੈਂਦਾ ਰਹਿੰਦਾ ਸ਼ੇਮੀ ਨੇਮੀ ਇੰਨਾ ਜ਼ਿਆਦਾ ਪੈਂਦਾ ਫਿਰ ਨੀਰ ਮੱਛੀ ਆ ਉਹਨੂੰ ਕੱਟ ਕੇ ਰੱਖ ਲੈਂਦੇ ਆ ਤੇ ਆਪਣੇ ਘਰਾਂ 'ਚ ਬੈਠੇ ਰਹਿੰਦੇ ਆ ਉਹਦੇ ਤੋਂ ਦੀਵੇ ਬਾਲਦੇ ਆ ਉਹ ਤੋਂ ਲਾਈਟ ਬਾਲਦੇ ਆ ਉਹ 'ਚ ਖਾਂਦੇ ਪੀਂਦੇ ਆ ਉਹਦੇ ਵਿੱਚ ਹੀ ਭੋਜਨ ਪ੍ਰਾਪਤ ਕਰਦੇ ਆ ਸਾਰਾ ਕੁਝ ਪਾ ਲਾ ਕੇ ਇਹ ਵੀ ਉੱਥੇ ਵੀ ਇਸ ਤਰ੍ਹਾਂ ਦਾ ਹੈ ਕਿ ਉਸ ਦਿਨ ਚੜਿਆ ਰਹਿੰਦਾ ਕੰਮ ਜ਼ਿਆਦਾ ਹੁੰਦਾ ਔਰ ਬਾਕੀ ਸਮਾਂ ਸੌਂਦੇ ਵੀ ਆ ਰੈਸਟ ਵੀ ਕਰਦੇ ਆ ਖਾਂਦੇ ਪੀਂਦੇ ਵੀ ਆ ਇਹ ਫਿਨਲੈਂਡ ਦੇ ਵਿੱਚ ਹੈਗਾ ਔਰ ਉਹ ਵੀ ਬੜਾ ਖੂਬਸੂਰਤ ਦੇਸ਼ ਹੈ ਔਰ ਤੇਜਾ ਦੇਸ਼ ਅਲਾਸਕਾ ਉੱਥੇ ਵੀ ਦਿਨ ਜਿਹੀ ਚੜਿਆ ਰਹਿੰਦਾ ਔਰ ਉਸ ਦਿਨ ਦੇ ਵਿੱਚ ਹੀ ਲੋਕ ਆਪਣੇ ਕੰਮ ਕਰਕੇ ਔਰ ਉਹਦੇ ਵਿੱਚ ਆਪਣੇ ਇੰਡਸਟਰੀ ਵਿੱਚ ਕੰਮ ਕਰਦੇ ਬਤ ਤੋਂ ਬਤ ਓਵਰਟਾਈਮ ਜਿਹੜੇ ਕਰਦੇ ਉਹਨਾਂ ਨੂੰ ਬਹੁਤ ਪੈਸਾ ਮਿਲ ਜਾਂਦਾ ਜਿਵੇਂ ਸਾਡੇ ਵੀ ਐਨਆਰਆਈ ਵਿਰ ਪਰਵਾਸੀ ਭਾਰਤੀ ਵੀ ਬੈਠੇ ਨੇ ਉਹ ਵੀ ਕੰਮ ਕਰਦੇ ਆ ਕੰਮ ਕਰਨ ਦਾ ਜਿਆਦਾ ਮੌਕਾ ਮਿਲਦਾ ਔਰ ਖਾਣ ਪੀਣ ਦਾ ਵੀ ਮੌਕਾ ਮਿਲਦਾ ਰੈਂਦਾ ਮੇ ਮੌਕਾ ਮਿਲਦਾ ਔਰ ਉੱਥੇ ਮੌਸਮ ਬੜੇ ਅੱਛੇ ਆ ਮੌਸਮ ਮੇ ਸਾਨੇ ਦਿਨ ਕਿ ਜ਼ਿਆਦਾ ਸਾਡੇ ਨੂੰ ਜਦ ਠੰਡ ਤੇ ਠੰਡ ਜ਼ਿਆਦਾ ਆ ਗਈ ਔਰ ਤੇ ਗਰਮੀ ਗਰਮੀ ਵੀ ਆ ਗਈ ਹੁਣ ਸਾਡੀ ਗਰਮੀ ਨੂੰ ਹੁਣ ਰਾਤ ਮਿਲੀ ਹੈ ਵੀ ਕੱਲ ਬੜਾ ਮੀਂਹ ਪਿਆ ਵਾ ਅੱਜ ਥੋੜੀ ਬਾਤ ਧੁੱਪ ਲੱਗੀ ਆ ਔਰ ਜ਼ਿਆਦਾ ਬਾਰਸ਼ ਹੋਣ ਨਾਲ ਜਾਦਾ ਜਿਹੜਾ ਟੈਂਪਰੇਚਰ ਬਹੁਤ ਡਾਉਨ ਚਲੇ ਗਿਆ ਉਹਦੇ ਨਾਲ ਬਹੁਤ ਅੱਛਾ ਖੁਸ਼ਗੁਵਾਰ ਮੌਸਮ ਬਣ ਗਿਆ ਪੱਖੇ ਵੀ ਥੋੜੀ ਧੀਮੀ ਸਪੀਡ ਚ ਚੱਲੇ ਆ ਏਸ ਵੀ ਬੰਦ ਹੋਣ ਤੇ ਆਏ ਆ ਪਰ ਜਿਸ ਤਰ੍ਹਾਂ ਦਾ ਮੌਸਮ ਰਿਹਾ ਵਧੀਆ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੁੰਦਾ ਅਗਸਤ ਦਾ ਆਖਰੀ ਔਰ ਸਤੰਬਰ ਇਹਦੇ ਵਿੱਚ ਮੌਸਮ ਦੀ ਤਬਦੀਲੀ ਆ ਜਾਂਦੀ ਹੈ ਮੌਸਮ ਕਰਵਟ ਲੈਂਦਾ ਮੌਸਮ ਖੁਸ਼ਗੁਵਾਰ ਔਰ ਬੜਾ ਖੂਬਸੂਰਤ ਬਣ ਜਾਂਦਾ ਇਸੇ ਤਰ੍ਹਾਂ ਹੀ ਇਹਨਾਂ ਤਿੰਨ ਦੇਸ਼ਾਂ ਵਿੱਚ ਵੀ ਬਹੁਤ ਵਧੀਆ ਮੌਸਮ ਨੇ ਔਰ ਦੂਸਰਾ ਅਸੀਂ ਵਿਚਾਇ ਲਵਾਂਗੇ ਕਿ ਸਿੱਖ ਜਥੇਬੰਦੀਆਂ ਵੱਲੋਂ ਸਾਊਥ ਸਲ ਯੂਕੇ ਵਿੱਚ ਅਹਿਮ ਮੀਟਿੰਗ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਹਿਮ ਨਿਸ਼ਾਨੀਆਂ ਲੱਭਣ ਤੇ ਵਿਸ਼ੇਸ਼ ਯਤਨ ਤੇ ਧਿਆਨ ਗੋਚਰਾ ਕੀਤਾ ਉਹਨਾਂ ਨੇ ਔਰ ਉਹਦੇ ਵਿੱਚ ਤਲੋਚਨ ਸਿੰਘ ਜੀ ਗਏ ਸੀ ਇੱਥੋਂ ਜਿਹੜੇ ਰਹੇ ਨੇ ਇੱਥੇ ਕਟਗਿੰਤੀ ਦੇ ਚੇਅਰਮੈਨ ਔਰ ਸਾਫਕਾਨੇ ਹੁਣ ਤੋਂ ਉਦੋਂ ਬਾਅਦ ਉਹ ਉੱਥੇ ਮੀਟਿੰਗ ਕੀਤੀ ਉਹਨਾਂ ਨੇ ਹਰੋ ਬੜੇ ਸੂਝਵਾਨ ਨੇ ਉਹਨਾਂ ਨੂੰ ਉਹਨਾਂ ਵੈਲਕਮ ਵੀ ਕੀਤਾ ਔਰ ਉਹਦੇ ਵਿੱਚ ਮੀਟਿੰਗਾਂ ਖਾਸ ਕਰਕੇ ਹੋਈਆਂ ਜਿਹੜੇ ਵੀ ਉੱਥੇ ਏਜੰਸੀਆਂ ਨੇ ਧਾਰਮਿਕ ਏਜੰਸੀਆਂ ਨੇ ਔਰ ਸਾਰੇ ਹੀ ਪੰਜਾਬੀਆਂ ਨੇ ਰਲ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵੀ ਸਾਡਾ ਤੇ ਖਜ਼ਾਨਾ ਜਿਹੜਾ ਸਾਡਾ ਖਜ਼ਾਨਾ ਚੀਜ਼ਾਂ ਦਾ ਜਦੋਂ ਯੂਕੇ ਲੈ ਕੇ ਆਗੇ ਸੀ ਲੰਡਨ ਦੇ ਵਿੱਚ ਵੀ ਪਿਆ ਸਾਥਲ ਵਿੱਚ ਵੀ ਪਿਆ ਉਹ ਅਸੀਂ ਇਕੱਠਾ ਕਰਾਂਗੇ ਜਿਹਦੇ ਵਿੱਚ ਸਾਰਾ ਸਮਾਨ ਇਹ ਲੈ ਕੇ ਅੰਗਰੇਜ਼ ਆ ਕੇ ਸੀ ਜਦੋਂ ਇਹਨਾਂ ਦੀ ਹਕੂਮਤ ਸੀ ਬ੍ਰਿਟਿਸ਼ ਇੰਡੀਆ ਦੀ ਕੰਪਨੀ ਨਾਲ ਹੋਣਾ ਸੀ ਚਾਹੁੰਦੇ ਆ ਕਿ ਦੁਬਾਰਾ ਅਸੀਂ ਆਪਣੀ ीडियो ਵਿੱਚ ਲੈ ਕੇ ਜਾਈਏ ਉਹਨਾਂ ਦੀ ਸਰਕਾਰ ਨਾਲ ਗੱਲ ਕਰਾਂਗੇ ਔਰ ਇਹ ਵਾਕਿਆ ਹੀ ਲੈ ਆਉਣਗੇ ਜੋ ਕੁਝ ਸਮਾਨ ਸਾਡਾ ਉੱਥੇ ਪਿਆ ਵਾ ਔਰ ਮਹਾਰਾਣੀ ਜਿੰਦਾ ਜਦੋਂ ਗਏ ਸੀ ਦਲੀਪ ਸਿੰਘ ਨੂੰ ਮੈਡਨ ਲਈ ਉੱਥੇ ਉਦੋਂ ਉੱਥੇ ਉਹ ਪ੍ਰਿੰਸ ਦਾ ਦਲੀਪ ਸਿੰਘ ਦੇ ਨਾਂ ਤੇ ਸੀ ਉਹਨਾਂ ਦੀ ਮਦਰ ਆ ਮਹਾਰਾਣੀ ਜਿੰਦਾ ਔਰ ਜਦੋਂ ਉਹਨਾਂ ਨੇ ਉੱਥੇ ਵੇਖਿਆ ਸੀ ਉਹ ਮਿਊਜ਼ੀਅਮ ਤੇ ਉਹਨਾਂ ਨੇ ਬਹੁਤ ਚੀਜ਼ਾਂ ਪਛਾਣ ਲਈਆਂ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਸੀ ਉਹਨਾਂ ਨੇ ਕਿਆ ਸਿਆਹੀ ਸਾਡੀਆਂ ਨੇ ਔਰ ਜਿਹਦੇ ਕੱਪ ਵਿੱਚ ਉਹਨਾਂ ਨੂੰ ਚਾਹ ਕੌਫੀ ਦਿੱਤੀ ਸੀ ਉਹਨਾਂ ਨੇ ਪਛਾਣਾ ਕਿ ਸਾਡਾ ਹੀ ਹੈ ਤਲਵਾਰਾਂ ਉੱਥੇ ਪਈਆਂ ਸੀਗਾ ਹੋਰ ਉੱਥੇ ਸਮਾਨ ਉਹਨਾਂ ਦਾ ਪਿਆ ਸੀਗਾ ਅਜੇ ਤੱਕ ਕੋਈ ਨਿਉ ਰਖੀਰਾ ਉੱਥੇ ਪਿਆਵਾ ਬਹੁਤ ਸਮਾਨ ਸਾਡਾ ਉੱਥੇ ਪਿਆਵਾ ਜਿੰਨੂੰ ਲਿਹਾਉਣ ਦੇ ਵਿੱਚ ਤਾਂ ਗਏ ਲੋਕਾਂ ਦੀ ਪੰਜਾਬ ਦੇ ਸਾਰੇ ਲੋਕਾਂ ਦੀ ਔਰ ਦੇ ਵਿੱਚ ਇਹਨਾਂ ਨੂੰ ਅਪਰੋਚ ਕਰਨੀ ਚਾਹੀਦੀ ਤੇ ਉਸ ਨੂੰ ਸਰਕਾਰ ਦੀ ਕੇਂਦਰ ਨਾਲ ਵੀ ਗੱਲ ਕਰਨੀ ਚਾਹੀਦੀ ਆ ਔਰ ਤਰਲਵਜਨ ਸਿੰਘ ਜੀ ਗਏ ਨੇ ਹੁਣ ਦੇਖੋ ਕੀ ਮਿਲਦਾਵਾਰ ਕੀ ਲੈ ਕੇ ਆਉਣਗੇ ਬਹੁਤ ਵਧੀਆ ਗੱਲ ਹੈ ਸਾਡੇ ਪੰਜਾਬੀਆਂ ਲਈ ਔਰ ਸਾਰੇ ਪੰਜਾਬੀ ਇਸ ਗੱਲ ਨੂੰ ਫੁੱਲ ਚੜਾਉਂਦੇ ਨੇ ਕਿ ਸਾਰੇ ਹੀ ਜੋ ਸਾਡੀਆਂ ਨਿਸ਼ਾਨੀਆਂ ਨੇ ਸਾਡੇ ਅਜਾਇਬ ਘਰ ਵਿੱਚ ਇੱਥੇ ਸਥਾਪਿਤ ਹੋਣੀਆਂ ਚਾਹੀਦੀਆਂ ਅਮਰਸਰ ਲੈ ਆ ਕੇ ਜਿਹੜੇ ਵੀ ਅਜਾਇਬ ਘਰ ਨੇ ਉਹਨਾਂ ਵਿੱਚ ਲੈ ਆ ਕੇ ਰੱਖਣੀਆਂ ਚਾਹੀਦੀਆਂ ਜਿਹੜੀਆਂ ਲਾਹੌਰ ਵਿੱਚ ਪਈਆਂ ਨੇ ਚੀਜ਼ਾਂ ਉਹ ਵੀ ਮੰਗਣੀਆਂ ਚਾਹੀਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਖਾਲਸਾ ਰਾਜ ਦੇ ਸਮੇਂ ਦੀਆਂ ਔਰ ਉਸ ਤੋਂ ਬਾਅਦ ਅਸੀਂ ਬੰਗਲਾਦੇਸ਼ ਵੱਲ ਜਾਂਦੇ ਹਾਂ ਜਿਸ ਤਰ੍ਹਾਂ ਅੱਗੇ ਪਾਕਿਸਤਾਨ ਦੀ ਗੱਲ ਕੀਤੀ ਆ ਪਾਕਿਸਤਾਨ ਵਿੱਚ ਵੀ ਗੜਬੜਾ ਪਾਕਿਸਤਾਨ ਵਿੱਚ ਵੀ ਬਗਾਵਤ ਹੈ ਉਹ ਹਾਲ ਹੈ ਬੰਗਲਾਦੇਸ਼ ਵਿੱਚ ਹੈ ਜੁਨਸ ਮਹਮਦ ਜੁਨਸ ਦੀ ਸਰਕਾਰ ਬਣੀ ਹੈ ਉਹ ਸਰਕਾਰ ਦੇ ਪਿੱਛੇ ਵੀ ਫਿਰ ਫੌਜੀ ਹੈ ਜੋ ਰਤਬਾ ਜੋ ਹੀ ਤਰਜ ਤੇ ਬਣੀ ਹੈ ਪਾਕਿਸਤਾਨ ਦੀ ਸਰਕਾਰ ਉਸੇ ਹੀ ਤਰਜ ਤੇ ਉਸੇ ਹੀ ਕਿਸਮ ਦੀ ਸਰਕਾਰ ਬੰਗਲਾਦੇਸ਼ ਵਿੱਚ ਬਣੀ ਹੈ ਔਰ ਉਹਦੇ ਵਿੱਚ ਇਹਨਾਂ ਨੇ ਕੱਲ ਜਿਹੜੇ ਪੁਰਾਣੇ ਮੰਤਰੀ ਸੀ ਪੁਰਾਣੀ ਸਰਕਾਰ ਦੇ ਸਾਬਕਾ ਸਪੀਕਰ ਤੇ ਦੂਸਰੇ ਸੀ ਵਿਣਜ ਮੰਤਰੀ ਉਹਨਾਂ ਨੂੰ ਕਤਲ ਦੇ ਕੇਸ ਦੇ ਮਾਮਲਿਆਂ 'ਚ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਉਹਦੇ ਵਿੱਚ ਬਹੁਤ ਲੋਕਾਂ ਨੇ ਪ੍ਰਦਰਸ਼ਨ ਕੀਤੀ ਹੈ ਨਾਰੇਬਾਜੀ ਕੀਤੀ ਹੈ ਰੌਲਾ ਪਿਆ ਵਾ ਔਰ ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਇਹਨਾਂ ਕਹਿੰਦਾ ਕਿ 1000 ਬੰਦਾ ਤਾਂ ਉਦੋਂ ਇਹਨਾਂ ਨੇ ਕੰਨਾਂ ਦਿਨਾਂ ਵਿੱਚ ਮਾਰ ਦਿੱਤਾ ਗਿਆ ਸੀ ਜਦੋਂ ਬੰਗਾਵਤ ਹੋਈ ਸੀ ਸਰਕਾਰ ਬਦਲਣ ਤੱਕ ਤਾਂ ਪਟੜਨ ਦਾ ਉਦੋਂ 1000 ਬੰਦਾ ਮਾਰਿਆ ਸੀ ਕੋਈ ਫੱਟੜ ਹੋਏ ਸੀ ਕੋਈ ਬੇਕਾਰ ਹੋਏ ਸੀ ਕੋਈ ਆ ਬਚਾਰੇ ਜੇ ਲੱਭਦੇ ਨਹੀਂ ਕਿ ਕਈ ਚੀਜ਼ਾਂ ਜੰਢੀਆਂ ਉੱਥੇ ਆਈਆਂ ਸ਼ੇਖ ਅਸੀਨਾ ਜਿਹੜੀ ਉੱਥੋਂ ਨਿਕਲ ਕੇ ਇੱਥੇ ਇੰਡੀਆ ਆ ਗਈ ਔਰ ਉੱਥੇ ਅਸਤੀਫਾ ਦੇ ਆਈ ਔਰ ਜੋ ਵੀ ਉੱਥੇ ਅਸਲ ਸਰਕਾਰ ਚੱਲਦੀ ਹੈ ਅਜੇ ਉਹਨਾਂ ਨੂੰ ਸਥਿਰਤਾ ਨਹੀਂ ਮਿਲੀ ਉਹਦੇ ਵਿੱਚ ਸਟੇਬਿਲਟੀ ਮਿਲਦਿਆਂ ਟਾਈਮ ਲੱਗਦਾ ਕਿਉਂਕਿ ਜਿਹੜੀ ਆਪੋਜੀਸ਼ਨ ਆ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਚਾਹੁੰਦੇ ਨੇ ਕਿ ਸਰਕਾਰ ਚੱਜ ਨਾਲ ਨਾ ਚੱਲੇ ਔਰ ਇਸੇ ਕਰਕੇ ਇਹ ਦੇਸ਼ ਥੋੜਾ ਜਿਹਾ ਪਛਾਣ ਹੋ ਆ ਜਾਂਦੇ ਆ ਲਾ ਤਾਂ ਖਿੱਚਣ ਵਾਲੇ ਬਹੁਤ ਹੈ ਇਸੇ ਕਰਕੇ ਗਰੀਬੀ ਹੈ ਇਸੇ ਕਰਕੇ ਡਿਵੈਲਪਮੈਂਟ ਨਹੀਂ ਹੋਈ ਅਜੇ ਵਿਕਾਸ ਪੂਰਾ ਨਹੀਂ ਹੋਇਆ ਔਰ ਜਿਹੜੇ ਜਿਹੜੇ ਗਰੀਬ ਦੇਸ਼ ਨੇ ਉਹਨਾਂ ਵਿੱਚ ਇਹੀ ਰੌਲਾ ਹੁੰਦਾ ਕਿ ਲੜ ਜਿੱਥੇ ਜਿੱਥੇ ਲੜਾਈ ਹੋएगी ਹੁੰਦੇ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨੱਸੀ ਜਿੱਥੇ ਕਲੇ ਹਾਇ ਜਿੱਥੇ ਲੜਾਈ ਹੈ ਉੱਥੇ ਕੁਝ ਨਹੀਂ ਬੱਜਦਾ ਉੱਥੇ ਸਿਰਫ ਬੱਜਦਾ ਹੈਗਾ ਗਰੀਬੀ ਉੱਥੇ ਹਨ ਪੜਦਾ ਭੁੱਖ ਕੰਗਾਲੀ ਉੱਥੇ ਚੀਜ਼ਾਂ ਹੀ ਆ ਜਾਂਦੀਆਂ ਇਸੇ ਕਰਕੇ ਹੀ ਅਸੀਂ ਇਸ ਗੱਲ ਦੇ ਨਾਲ ਚੱਲਣਾ ਚਾਹੀਦਾ ਕਿ ਸਾਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ ਸ਼ਾਂਤੀ ਨਾਲ ਹੀ ਅਸੀਂ ਅੱਗੇ ਜਾ ਸਕਦੇ ਹਾਂ ਔਰ ਸ਼ਾਂਤੀ ਜੇ ਹੈਗੀਆ ਤੇ ਸਾਡੀ ਵਿਕਾਸ ਹੋਈਆ ਵਿਕਾਸ ਲਈ ਮੰਜ਼ਲਾਂ ਨੂੰ ਅਸੀਂ ਸਰ ਕਰਦੇ ਜਾਵਾਂਗੇ ਤੈਅ ਕਰਦੇ ਜਾਵਾਂਗੇ ਔਰ ਮੇਰੇ ਪਿਆਰੇ ਦਰਸ਼ਕੋ ਤੁਸੀਂ ਇਸ ਪ੍ਰੋਗਰਾਮ ਨੂੰ ਪੂਰਾ ਵੇਖੋਗੇ ਵੇਖਣ ਤੋਂ ਬਾਅਦ ਇਸ ਨੂੰ ਸ਼ੇਅਰ ਵੀ ਕਰੋਗੇ ਔਰ ਸ਼ੇਅਰ ਕਰਨ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਾਂ ਕਰੋਗੇ ਔਰ ਉਹਦੇ ਬਾਰੇ ਚਰਚਾ ਵੀ ਕਰੋਗੇ ਜੋ ਤੁਹਾਡੇ ਕਮੈਂਟਸ ਨੇ ਉਹ ਵੀ ਅਸੀਂ ਵੇਖਾਂਗੇ ਪੜ੍ਹਾਂਗੇ ਔਰ ਬਹੁਤ ਧੰਨਵਾਦ ਹੈ ਸ਼ੁਕਰੀਆ ਔਰ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਵੇਖਦੇ ਰਹੋ ਔਰ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਸ਼ੁਕਰਗੁਜ਼ਾਰ ਹਾਂ ਸਤ ਸ੍ਰੀ ਅਕਾਲ ਜੀ